ਬਾਪ ਤੇ ਬੇਟੇ ਅਤੇ ਰੂਹ ਪਾਕ ਦੇ ਨਾਂ ਦੇ ਉੱਤੇ ਆਮੀਨ। ਸਾਰੇ ਦੋਸਤਾਂ ਨੂੰ ਜੈ ਯਿਸੂ ਮਸੀਹ ਦੀ। ਕਰੇ ਦੋਸਤੋ ਆਓ ਅਸੀਂ ਅੱਜ ਇੱਕ ਵਾਰੀ ਫਿਰ ਪ੍ਰਭੂ ਦੇ ਵਚਨ ਦੇ ਉੱਤੇ ਧਿਆਨ ਕਰੀਏ। ਅੱਜ ਦਾ ਪਹਿਲਾ ਪਾਠ ਆਮੋਸ ਦੀ ਪੁਸਤਕ ਉਸ ਦਾ 7ਵਾਂ ਅਧਿਆਇ 10 ਤੋਂ ਲੈ ਕੇ 17 ਤੱਕ, ਅੱਜ ਦੀ ਅੰਜੀਲ ਮੱਤੀ ਦੀ ਉਸ ਦਾ 9ਵਾਂ ਅਧਿਆਇ 1 ਤੋਂ 8 ਤੱਕ। ਕਰੇ ਦੋਸਤੋ, ਖੁਦਾ ਕਿਸੇ ਵੀ ਵਿਅਕਤੀ ਦੇ ਰਾਹੀਂ ਸਾਨੂੰ ਸੰਦੇਸ਼ ਦੇ ਸਕਦਾ ਹੈ, ਸਾਡੇ ਬੱਚਿਆਂ ਦੇ ਰਾਹੀਂ, ਸਾਡੇ ਮਾਪਿਆਂ ਦੇ ਰਾਹੀਂ, ਸਾਡੇ ਦੋਸਤਾਂ ਦੇ ਰਾਹੀਂ। ਅੱਜ ਦੇ ਪਹਿਲੇ ਪਾਠ ਦੇ ਵਿੱਚ ਅਸੀਂ ਅਜਿਹੇ ਕੁਝ ਦੇਖਦੇ ਹਾਂ ਕਿ ਖੁਦਾ ਕਿਸ ਤਰ੍ਹਾਂ ਇੱਕ ਆਮ ਵਿਅਕਤੀ ਦੇ ਦੁਆਰਾ ਰਾਜਾ ਜਰੂਬਾਮ ਨੂੰ ਸੰਦੇਸ਼ ਦਿੰਦਾ ਹੈ ਕਿ ਉਸਦੀ ਮੌਤ ਕਿਸ ਤਰ੍ਹਾਂ ਹੋਵੇਗੀ ਅਤੇ ਕਿਸ ਤਰ੍ਹਾਂ ਇਸਰਾਈਲੀ ਕੌਮ ਬੰਦੀ ਬਣਾ ਲਈ ਜਾਵੇਗੀ। ਹਾਂ ਪਿਆਰੇ ਦੋਸਤੋ, ਜਦੋਂ ਅਸੀਂ ਖੁਦਾ ਦੇ ਦੱਸੇ ਹੁਕਮਾਂ ਦੇ ਵਿਰੁੱਧ ਚੱਲਦੇ ਹਾਂ, ਖੁਦਾ ਨੂੰ ਨਜ਼ਰਅੰਦਾਜ਼ ਕਰਦੇ ਹਾਂ, ਤਾਂ ਖੁਦਾ ਸਾਨੂੰ ਬਹੁਤ ਵਾਰੀ ਪਹਿਲਾਂ ਸੰਦੇਸ਼ ਦਿੰਦਾ ਹੈ, ਸਾਨੂੰ ਤਿਆਰ ਕਰਦਾ ਹੈ ਕਿ ਅਸੀਂ ਸਹੀ ਰਸਤੇ 'ਤੇ ਆ ਜਾਈਏ। ਅਤੇ ਅੱਜ ਦੇ ਪਹਿਲੇ ਪਾਠ ਦੇ ਵਿੱਚ ਅਜਿਹਾ ਹੀ ਹੋਇਆ। ਦੂਸਰੀ ਗੱਲ ਹੈ ਕਿ ਅਸੀਂ ਹਮੇਸ਼ਾ ਹੀ ਦੂਜਿਆਂ ਨੂੰ, ਖਾਸ ਕਰਕੇ ਜੋ ਬਿਮਾਰ ਨੇ, ਜੋ ਖੁਦਾ ਤੋਂ ਦੂਰ ਨੇ, ਆਪਣੀਆਂ ਪ੍ਰਾਰਥਨਾਵਾਂ ਦੇ ਰਾਹੀਂ ਉਹਨਾਂ ਨੂੰ ਪ੍ਰਭੂ ਦੀ ਹਜ਼ੂਰੀ ਵਿੱਚ ਲੈ ਕੇ ਆਉਣਾ। ਜਿਸ ਤਰ੍ਹਾਂ ਅੱਜ ਦੀ ਅੰਜੀਲ ਦੇ ਵਿੱਚ ਉਸ ਅਧਰੰਗੀ ਨੂੰ ਲੋਕ ਯਿਸੂ ਦੇ ਕੋਲ ਲੈ ਕੇ ਆਏ ਤਾਂ ਕਿ ਯਿਸੂ ਉਸ ਨੂੰ ਛੂਹ ਕੇ ਚੰਗਾ ਕਰ ਦੇ, ਅਤੇ ਪ੍ਰਭੂ ਯਿਸੂ ਮਸੀਹ ਨੇ ਉਸ ਨੂੰ ਚੰਗਾ ਕੀਤਾ। ਜਦੋਂ ਅਸੀਂ ਨੇਕੀ ਦੇ ਕੰਮ ਕਰਦੇ ਹਾਂ, ਭਲੇ ਕੰਮ ਕਰਦੇ ਹਾਂ, ਤਾਂ ਪਿਆਰੇ ਉਹ ਖੁਦਾ ਬਰਕਤ ਦੇਵੇਗਾ। ਅਤੇ ਨਾਲ ਹੀ ਨਾਲ ਇੱਕ ਹੋਰ ਗੱਲ ਦਾ ਧਿਆਨ ਰੱਖਣਾ ਹੈ ਕਿ ਜਦੋਂ ਅਸੀਂ ਅਜਿਹੇ ਨੇਕੀ ਦੇ ਕੰਮ ਕਰਦੇ ਹਾਂ ਤਾਂ ਕਈ ਲੋਕ ਸਾਡਾ ਵਿਰੋਧ ਵੀ ਕਰਨਗੇ। ਜਿਸ ਤਰ੍ਹਾਂ ਫਰੀਸੀਆਂ ਨੇ ਪ੍ਰਭੂ ਯਿਸੂ ਮਸੀਹ ਦੀ ਹਮੇਸ਼ਾ ਨੂੰ ਟੱਚ ਹੀ ਨਹੀਂ ਕੀਤੀ, ਜੋ ਵੀ ਉਹਨੇ ਭਲੇ ਕੰਮ ਕੀਤੇ ਉਹਦਾ ਵਿਰੋਧ ਕੀਤਾ, ਲੇਕਿਨ ਪ੍ਰਭੂ ਯਿਸੂ ਮਸੀਹ ਦੇ ਉੱਤੇ ਉਸਦਾ ਕੋਈ ਅਸਰ ਨਹੀਂ ਸੀ। ਉਸਨੂੰ ਪਤਾ ਸੀ ਕਿ ਇਹ ਚੰਗਾ ਕੰਮ ਹੈ, ਉਹ ਚੰਗੇ ਕੰਮ ਕਰਦੇ ਰਹੇ, ਉਸਨੇ ਉਹਨਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਆਓ ਅਸੀਂ ਅੱਜ ਜਦ ਇਹਨਾਂ ਵਚਨਾਂ ਦੇ ਉੱਤੇ ਧਿਆਨ ਕਰ ਰਹੇ ਹਾਂ, ਅਸੀਂ ਅੱਜ ਫੈਸਲਾ ਕਰੀਏ ਕਿ ਅਸੀਂ ਹਮੇਸ਼ਾ ਹੀ ਖੁਦਾ ਦੇ ਦੱਸੇ ਹੁਕਮਾਂ ਦੇ ਅਨੁਸਾਰ ਜੀਵਨ ਗੁਜ਼ਾਰਾਂਗੇ ਤਾਂ ਕਿ ਖੁਦਾ ਦਾ ਕਹਿਰ ਸਾਡੇ ਉੱਤੇ ਨਾ ਆਵੇ, ਅਤੇ ਨਾਲ ਹੀ ਨਾਲ ਅਸੀਂ ਜੋ ਖੁਦਾ ਤੋਂ ਦੂਰ ਨੇ ਜਾਂ ਜੋ ਖੁਦਾ ਦੇ ਦੱਸੇ ਹੁਕਮਾਂ 'ਤੇ ਨਹੀਂ ਚੱਲਦੇ ਹਨ, ਉਹਨਾਂ ਦੇ ਲਈ ਵੀ ਅਸੀਂ ਦੁਆ ਕਰਦੇ ਹਾਂ। ਅੱਖਾਂ ਨੂੰ ਬੰਦ ਕਰੋ ਅਤੇ ਹੱਥਾਂ ਨੂੰ ਜੋੜੋ, ਅਸੀਂ ਪ੍ਰਾਰਥਨਾ ਕਰੀਏ। ਪਿਆਰੇ ਖੁਦਾਵੰਦ, ਅੱਜ ਦੇ ਵਚਨ ਦੇ ਲਈ ਅਸੀਂ ਤੇਰਾ ਧੰਨਵਾਦ ਕਰਦੇ ਹਾਂ। ਇਹ ਪਿਆਰੇ ਪ੍ਰਭੂ, ਸਾਨੂੰ ਹਮੇਸ਼ਾ ਤੇਰੀਆਂ ਹੁਕਮਾਂ 'ਤੇ ਚੱਲਣ ਦੇ ਲਈ ਸ਼ਕਤੀ ਦਿਓ, ਅਤੇ ਨਾਲ ਹੀ ਨਾਲ ਦੂਸਰਿਆਂ ਦੇ ਲਈ, ਦੂਜਿਆਂ ਨੂੰ ਤੇਰੇ ਕੋਲ ਲਿਆਉਣ ਦੇ ਲਈ, ਦੂਜਿਆਂ ਦੇ ਲਈ ਪ੍ਰਾਰਥਨਾ ਕਰਨ ਦਾ ਵੀ ਸਾਨੂੰ ਫਜ਼ਲ ਦਿਓ। ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ, ਆਮੀਨ।